ਅ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ ਨੇ ਪੀ ਬਿਊਟਜ ਉਹਨਾਂ ਨੇ 2.9 ਬਿਲੀਅਨ ਡਾਲਰ ਦੀਆਂ ਨਵੀਆਂ ਇਨਫਰਾਸਟਰਕਚਰ ਗ੍ਰਾਂਟਸ ਆ ਉਹਨਾਂ ਦੀ ਅੱਜ ਅਨਾਉਂਸਮੈਂਟ ਕੀਤੀ ਹੈਗੀ ਆ ਟਰਾਂਸਪੋਰਟੇਸ਼ਨ ਦੇ ਜਿਹੜੇ ਚੀਫ ਆ ਉਹਨਾਂ ਨੇ ਜਿਹੜੇ ਕਹਿੰਦੇ ਵੀ ਵਾਅਦੇ ਕੀਤੇ ਸੀਗੇ ਇਨਫਰਾਸਟਰਕਚਰ ਗ੍ਰਾਂਟਸ ਨੂੰ ਐਕਸੈਸ ਕਰਨ ਦੇ ਲਈ ਉਸਤੇ ਬਾਰੇ ਇਹ ਜਾਣਕਾਰੀ ਦਿੱਤੀ ਆ ਨਵੀਂ ਮਲਟੀ ਮੋਡਲ ਪ੍ਰੋਜੈਕਟ ਜਿਹੜੀ ਗ੍ਰਾਂਟ ਆ ਉਹ ਟ੍ਰਾਂਸਪੋਰਟੇਸ਼ਨ ਸਕੱਤਰ ਦੇ ਦੁਆਰਾ ਕੀਤੀ ਗਈ ਆ ਸੋ ਇਹ ਜਿਹੜਾ ਇਸ ਟਾਈਮ ਹੋਣ ਜਾ ਰਿਹਾ ਹੈਗਾ ਸੋ ਇਹ ਮਹਗਾ ਕਰਕੇ ਮਾਗਾ ਨਹੀਂ ਇਹ ਜਿਹੜਾ ਮਹਗਾ ਕਰਕੇ ਇੱਕ ਪ੍ਰੋਗਰਾਮ ਹੈਗਾ ਆ ਅਸਿਸਟੈਂਸ ਪ੍ਰੋਗਰਾਮ ਆ ਉਸ ਦੇ ਤਹਿਤ ਇਹ ਸਾਰਾ ਕੁਝ ਅਪਲਾਈ ਕੀਤਾ ਜਾਊਗਾ ਸੋ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਇਹਨਾਂ ਪ੍ਰੋਗਰਾਮਸ ਦੇ ਤਹਿਤ ਅਪਲਾਈ ਕਰਨ ਦੇ ਲਈ ਮੌਕਾ ਮਿਲੇਗਾ 2.9 ਬਿਲੀਅਨ ਡਾਲਰ ਦੀਆਂ ਜਿਹੜੀਆਂ ਗ੍ਰਾਂਟਸ ਆ ਉਸ ਦੇ ਵਿੱਚ ਇਹਨਾਂ ਚ ਜਿਹੜੇ ਇਨਫਰਾਸਟ੍ਰਕਚਰ ਫॉर ਰੀਬਿਲਡਿੰਗ ਅਮਰੀਕਾ ਕੰਪੇਟਿਟਿਵ ਪ੍ਰੋਗਰਾਮ ਨਿਊ ਰੂਰਲ ਸਰਫੇਸ ਟ੍ਰਾਂਸਪੋਰਟੇਸ਼ਨ ਗ੍ਰਾਂਟ ਪ੍ਰੋਗਰਾਮ ਜਿਹੜੇ ਆ ਉਹ ਸ਼ਾਮਿਲ ਰਹਿਣਗੇ ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡੀ ਗ੍ਰਾਂਟਸ ਆ ਇਹਨਾਂ ਨੇ ਅਨਾਉਂਸ ਕੀਤੀਆਂ ਨੇ ਸੋ ਹੁਣ ਜਿਹੜੇ ਜਿਹੜੇ ਵੀ ਇਸ ਖੇਤਰ ਵੱਲ ਨੂੰ ਹੈਗੇ ਨੇ ਉਹਨਾਂ ਨੂੰ ਸੂਬਿਆਂ ਨੂੰ ਕਮਿਊਨਿਟੀਜ਼ ਨੂੰ ਖੁਦ ਜਿਹੜਾ ਉਹ ਦੇਖਣਾ ਪੈਣਾ ਵੀ ਆਪਾਂ ਕਿਸ ਚੀਜ਼ ਦੇ ਅੰਡਰ ਅਪਲਾਈ ਕਰ ਸਕਦੇ ਆ ਤਾਂ ਜੋ ਵੱਧ ਤੋਂ ਵੱਧ ਇਲਾਕਿਆਂ ਦਾ ਜਿਹੜਾ ਵਿਕਾਸ ਆ ਉਹ ਹੋ ਸਕੇ ਜੀ ਅਗਲੀ ਗੱਲ 'ਤੇ ਚਲਿਏ 에ਅਰਲਾਈਨ ਦੇ ਸੀਈਓ ਇਹ ਕਹਿ ਰਹੇ ਆ ਪ੍ਰੈਜ਼ੀਡੈਂਟ ਬਾਇਡਨ ਨੂੰ ਕਿ ਜਿਹੜੀ ਫੈਡਰਲ ਮਾਸਕ ਮੰਡੇਟ ਆ ਉਸ ਨੂੰ ਹੁਣ ਰਿਮੂਵ ਕਰ ਦਿਓ ਕਿ ਇਹ ਕੋਈ ਸੈਂਸ ਨਹੀਂ ਬਣਦੀ ਹੈਗੀ ਕਿਉਂਕਿ 에ਅਰਲਾਈਨਸ ਦੇ ਵਿੱਚ ਲੋਕਾਂ ਨੂੰ ਹੁਣ ਮਾਸਕ ਪਾਣਾ ਪੈਂਦਾ ਕਹਿੰਦੇ ਭਈ ਜਿਸ ਤਰ੍ਹਾਂ ਆਪਾਂ ਦੇਖਿਆ ਬਹੁਤ ਕੁਝ ਇੰਪਰੂਵ ਹੋ ਗਿਆ ਆ ਸੋ 마ਸਕ ਦੀ ਰਿਕੁਆਇਰਮੈਂਟ ਨੂੰ ਰਿਮੂਵ ਕਰ ਦੇਣਾ ਚਾਹੀਦਾ ਹੈਗਾ ਆ ਗਰੁੱਪ ਆਫ 에ਅਰਲਾਈਨਸ ਦੇ ਸੀਈਓਜ਼ ਨੇ ਪ੍ਰੈਜ਼ੀਡੈਂਟ ਵਾਈਡਨ ਨੂੰ ਇਹ ਲੈਟਰ ਲਿਖਿਆ ਜਿਹਦੇ ਵਿੱਚ ਅਲਾਸਕਾ 에ਅਰਲਾਈਨ, ਐਟਲਸ 에ਅਰ, ਅਮਰੀਕਨ 에ਅਰਲਾਈਨ, ਡੈਲਟਾ 에ਅਰਲਾਈਨ, ਫੈਡਐਕਸ ਐਕਸਪ੍ਰੈਸ, ਹਵਾਈਨ 에ਅਰਲਾਈਨ, ਜੈਟ ਬਲੂ, ਸਾਊਥਵੈਸਟ, ਜੁਨਾਈਟਡ, ਯੂਪੀਐਸ 에ਅਰਲਾਈਨ ਤੇ ਅਮਰੀਕਨ 에ਅਰਲਾਈਨਸ ਇਹ ਸਾਰਿਆਂ ਨੇ ਜਿਹੜੇ ਸੀਈਓ ਆ ਉਹਨਾਂ ਨੇ ਸਾਈਨ ਕੀਤੇ ਹੈਗੇ ਆ ਜੀ ਬਿਲਕੁਲ ਇਹਨਾਂ ਨੇ ਆਲਰੇਡੀ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਦੁਬਾਰਾ ਜਿਹੜੀਆਂ ਫੈਡਰਲ ਮਾਸਕ ਮੰਡੇਟਸ ਜਿਹੜੀਆਂ ਟਰਾਂਸਪੋਰਟੇਸ਼ਨ ਦੇ ਲਈ ਆ ਉਹ 18 April ਤੱਕ ਵਧਾਈਆਂ ਹੈਗੀਆਂ ਪਹਿਲਾਂ ਇਹ March ਤੱਕ ਰੱਖੀਆਂ ਗਈਆਂ ਸੀਗੀਆਂ ਪਰ ਇਹਨਾਂ ਨੂੰ ਇਹਨਾਂ ਨੇ ਤਕਰੀਬਨ ਮਹੀਨਾ ਕੋ ਹੋਰ ਐਕਸਟੈਂਡ ਕਰ ਦਿੱਤਾ ਆ ਸੋ ਮੇਬੀ 18 April ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਨਾ ਵਧਾਉਣ ਸੋ ਇਹੀ ਮੈਨੂੰ ਲੱਗਦਾ ਬਹੁਤ ਸਾਰੇ ਉਮੀਦ ਕਰ ਰਹੇ ਸੋ ਇਹਨਾਂ ਦੇ ਚਿੱਠੀ ਲਿਖਣ ਦਾ ਵੀ ਮਕਸਦ ਇਹੀ ਆ ਹੁਣ ਤੁਸੀਂ ਕਿਤੇ ਵੀ ਜਾਂਦੇ ਆਉਂਦੇ ਜਾਂਦੇ ਆ ਦੇਖਦੇ ਆ ਵੀ ਹੁਣ ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੇ ਮਾਸਕ ਪਾ ਕੇ ਕੰਮ ਕਰਦੇ ਆ ਮੋਸਟਲੀ ਜਿਹੜੇ EMPLOYEES ਹੈਗੇ ਆ ਪ੍ਰਾਈਵੇਟ ਬਿਜ਼ਨੈਸਸ ਦੇ ਵਿੱਚ ਜਿਹੜੇ ਉਹ ਆਖਦੇ ਨੇ ਆਪੋ ਆਪਣੇ ਕਰਮਚਾਰੀਆਂ ਨੂੰ ਮੁਲਾਜ਼ਮਾਂ ਨੂੰ ਵੀ ਭਾਈ ਤੁਸੀਂ ਮਾਸਕ ਜਿਹੜਾ ਆ ਉਹ ਪਾ ਕੇ ਰੱਖੋ ਸੋ ਆਪਾਂ ਦੇਖਿਆ ਵੀ ਪਿਛਲੇ 2 ਸਾਲਾਂ ਦੇ ਵਿੱਚ ਕਿੰਨੀਆਂ ਬਤਮੀਜ਼ੀਆਂ ਵੀ ਜਿਹੜੀਆਂ ਹੋ ਲੋਕਾਂ ਨੂੰ ਚੱਲਣੀਆਂ ਪਈਆਂ ਜਿਹੜੇ 마ਸਕ ਨਹੀਂ ਸੀ ਪਾਉਣਾ ਚਾਹੁੰਦੇ ਇੱਕ ਦੂਜੇ ਦੇ ਨਾਲ ਲੜੇ ਲੜੇ ਵੀ ਕੁੱਟੇ ਮਾਰ ਵੀ ਹੋਈ ਪੁਲਿਸ ਦੇ ਹੱਥੇ ਵੀ ਜਿਹੜੇ ਉਹ ਕਈ ਚੜੇ ਤੇ ਕਈਆਂ ਨੂੰ ਤਾਂ ਬੈਂਸ ਤੇ ਜੁਰਮਾਨੇ ਵੀ ਜਿਹੜੇ ਉਹ ਦੇਖਣੇ ਪਏ ਸੀਗੇ ਉਹ 마ਸਕ ਜਿਹੜੇ ਉਹ ਨਾ ਪਾਉਣ ਦੇ ਕਰਕੇ ਬਿਲਕੁਲ ਐਫ ਐਫ ਐ ਐ ਦੇ ਮੁਤਾਬਕ 961 ਰਿਪੋਰਟਸ 에어ਲਾਈਨ ਦੀਆਂ ਆਈਆਂ ਜਿਨ੍ਹਾਂ ਜਿਹੜੇ ਅਨਰੂਲੀ ਪੈਸੈਂਜਰਸ ਗਏ ਤੇ 635 ਉਹਨਾਂ ਚੋਂ 마ਸਕ ਨਾਲ ਰਿਲੇਟਡ ਖਬਰਾਂ ਸੀਗੀਆਂ ਸੋ 6000 ਟੋਟਲ ਹਰਜੋਤ ਸਿੰਘ ਜੀ 2021 ਚ ਰਿਪੋਰਟਾਂ ਜਿਹੜੀਆਂ ਆਨ ਰੂਲੀ ਦੀਆਂ ਜਿਨ੍ਹਾਂ ਦੇ ਵਿੱਚੋਂ 2800 ਜਿਹੜੀਆਂ ਮਾਸਕ ਰਿਲੇਟਿਡ ਇਨਸੀਡੈਂਟਸ ਆ ਉਹਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਗਈ ਸੀ ਜੀ ਸਮਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਸਮਾਪਤ ਆ ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਉਹ ਤੋਂ ਪਹਿਲਾਂ